ਕੈਂਸਰ ਨਾਲ ਜੂਝ ਰਹੀ ਹੀਨਾ ਖਾਨ ਨੇ ਆਪਣੇ ਹੱਥੀਂ ਕੱਟੇ ਆਪਣੇ ਬਾਲ ਅਤੇ ਲੋਕਾਂ ਨੂੰ ਕਰ ਦਿੱਤਾ ਉਦਾਸ, ਕਿਉਂਕਿ ਫੈਨ ਵੀ ਅੱਜ ਲਗਾਤਾਰ ਮੈਸੇਜ ਕਰਕੇ ਉਹਨਾਂ ਦੇ ਲਈ ਦੁਆ ਕਰ ਰਹੇ ਨੇ। ਤਾਂ ਦੋਸਤੋ ਅੱਜ ਵੀਡੀਓ ਜਿਹੜੀ ਆ ਬੜੀ ਜ਼ਿਆਦਾ ਦਿਲ ਨੂੰ ਛੂਹਣ ਵਾਲੀ ਆ। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ FOP ਨਿਊਜ਼ ਅਤੇ ਮੈਂ ਪਰਮਦੀਪ ਰਾਣਾ। ਅੱਜ ਤੁਹਾਨੂੰ ਦੱਸ ਰਿਹਾ ਕਿ ਹੀਨਾ ਖਾਨ ਜੋ ਸੈਲੈਬ੍ਰਿਟੀ ਨੇ, ਜਿਨ੍ਹਾਂ ਦੀ ਪਿਛਲੇ ਦਿਨੀ ਇੱਕ ਮੂਵੀ ਆਈ ਸੀ ਸ਼ਿੰਦਾ ਨੋ ਪਾਪਾ ਵਾਲੀ, ਤਾਂ ਉਸ ਦੇ ਵਿੱਚ ਵੀ ਇੱਕ ਰੋਲ ਅਦਾ ਕੀਤਾ ਸੀ ਹੀਨਾ ਖਾਨ ਨੇ। ਪਹਿਲਾਂ ਬਿਗ ਬੋਸ ਦੇ ਵਿੱਚ ਵੀ ਸੈਲੈਬ੍ਰਿਟੀ ਜਿਹੜੇ ਤੌਰ 'ਤੇ ਗਏ ਸੀਗੇ, ਪਰ ਹੀਨਾ ਖਾਨ ਨੇ ਇੱਕ ਮਿਸਾਲ ਪੈਦਾ ਕੀਤੀ ਹੈ। ਮਿਸਾਲ ਕੀ ਪੈਦਾ ਕੀਤੀ ਹੈ ਕਿ ਕੈਂਸਰ ਨਾਲ ਪੀੜਿਤ ਹੋਣ ਦੇ ਬਾਵਜੂਦ ਵੀ ਜਿਹੜਾ ਆਪਣਾ ਹੌਸਲਾ ਦਿਖਾਇਆ ਗਾ ਵੀ ਉਸ ਲੜਾਈ ਦੇ ਨਾਲ ਅਸੀਂ ਜੰਗ ਨਾਲ ਕਿਵੇਂ ਜਿੱਤ ਸਕਦੇ ਹਾਂ, ਉਸ ਜੰਗ ਨੂੰ ਕਿਵੇਂ ਜਿੱਤ ਸਕਦੇ ਹਾਂ ਜਿਹੜੀ ਕੈਂਸਰ ਵਰਗੀ ਭੈੜੀ ਬਿਮਾਰੀ ਹੈ, ਉਸ ਦੇ ਨਾਲ ਕਿਵੇਂ ਲੜ ਸਕਦੇ ਹਾਂ। ਤਾਂ ਉਸੇ ਤਰ੍ਹਾਂ ਹੀਨਾ ਖਾਨ ਜਿਹੜੀ ਆ ਉਹ ਕੈਂਸਰ ਦੇ ਨਾਲ ਲੜ ਵੀ ਰਹੀ ਹੈ ਅਤੇ ਲੜ ਕੇ ਲੋਕਾਂ ਦੇ ਲਈ ਮਿਸਾਲ ਵੀ ਬਣ ਰਹੀ ਹੈ। ਆਪਣੀ ਮਾਤਾ ਦੇ ਸਾਹਮਣੇ ਜਦੋਂ ਆਪਣੇ ਹੱਥੀਂ ਬਾਲ ਕੱਟੇ ਨਾ ਤਾਂ ਮਾਤਾ ਦੇ ਹੰਝੂ ਨਿਕਲੇ, ਪਰ ਹੀਨਾ ਖਾਨ ਨੇ ਇੱਕ ਵੀ ਹੰਝੂ ਅੱਖ 'ਚੋਂ ਨਹੀਂ ਡਿੱਗਿਆ। ਪਰ ਖੁਸ਼ੀ ਖੁਸ਼ੀ ਉਸ ਬਿਮਾਰੀ ਦੇ ਨਾਲ ਜੂਝਣ ਦੇ ਲਈ ਲੋਕਾਂ ਨੂੰ ਵੀ ਪ੍ਰੇਰਿਤ ਕਰ ਰਹੀ ਹੈ। ਵੀਡੀਓ ਤੁਹਾਡਾ ਦਿਲ ਛੂਲੇਗੀ, ਆਓ ਪਹਿਲਾਂ ਆਹ ਵੀਡੀਓ ਦੇਖਦੇ ਹਾਂ। ਵੀਡੀਓ ਦੇਖ ਕੇ ਤੁਸੀਂ ਸਮਝ ਜਾਓਗੇ ਕਿ ਇੱਕ ਜਿਹੜਾ ਪੀੜਿਤ ਹੁੰਦਾ ਉਸ ਦੇ ਅੰਦਰ ਜੇ ਐਂਬੀਸ਼ਨਸ ਹੋਣ, ਉਮੀਦ ਹੋਵੇ ਤਾਂ ਉਹ ਕੀ ਨਹੀਂ ਕਰ ਸਕਦਾ। ਉਹ ਵੀਡੀਓ ਦੇਖਦੇ ਹਾਂ ਪੂਰੀ। ਆਹ ਦੇਖੋ ਆਪਣੀ ਮਾਤਾ ਨੂੰ ਸਮਝਾ ਰਹੀ ਹੈ ਹੀਨਾ ਖਾਨ ਵੀ ਤੁਸੀਂ ਵੀ ਬਾਲ ਕੱਟਦੇ ਹੁੰਦੇ ਸੀ ਪਰ ਅੱਜ ਮਜਬੂਰੀ ਹੈ ਵੀ ਜਿਹੜਾ ਬਾਲ ਕਟਵਾਉਣੇ ਪੈ ਰਹੇ ਆ। ਪਰ ਹੱਸਦਾ ਚਿਹਰਾ ਇੱਕ ਚੀਜ਼ ਬਿਆਨ ਕਰ ਰਿਹਾ ਦੋਸਤੋ। It won't cut one way. Okay? So do little snips. Okay. So are you ready guys? Yes. One, two, three. Bismillah. ਕਿ ਮਿਸਾਲ ਦੇ ਰਿਹਾ
ਕਿ ਜਦੋਂ ਕੋਈ ਬਿਮਾਰੀ ਤੁਹਾਨੂੰ ਘੇਰਾ ਪਾਉਂਦੀ ਹੈ, ਤੁਹਾਨੂੰ ਤੰਦਰੁਸਤ ਹੋਣ ਦੀ ਲੋੜ ਹੈ, ਤੁਹਾਨੂੰ ਉਸ ਜਿਹੜੀ ਬਿਮਾਰੀ ਦੇ ਨਾਲ ਲੜਨ ਦੀ ਤਾਕਤ ਚਾਹੀਦੀ ਹੈ, ਤਾਂ ਹਰ ਇੱਕ ਬਿਮਾਰੀ ਨੂੰ ਜਿਹੜਾ ਉਸ 'ਤੇ ਜਿੱਤ ਪਾਈ ਜਾ ਸਕਦੀ ਹੈ, ਉਸ ਨੂੰ ਆਪਣੇ ਸਰੀਰ ਤੋਂ ਦੂਰ ਕੀਤਾ ਜਾ ਸਕਦਾ ਉਸ ਬਿਮਾਰੀ ਨੂੰ। ਤਾਂ ਇਸ ਹਿਨਾ ਖਾਨ ਨੇ ਇੱਕ ਪੋਸਟ ਵੀ ਪਾਈ ਸੀ ਵੀ ਮੈਨੂੰ ਟ੍ਰੋਲ ਨਾ ਕੀਤਾ ਜਾਵੇ। ਤਾਂ ਲੋਕਾਂ ਦੀ ਜਿਹੜੀ ਸਿੰਪਤੀ ਹੈ, ਲੋਕਾਂ ਦਾ ਪਿਆਰ ਹੈ ਜਿਹੜਾ ਆਪਣੇ ਸੈਲੀਬ੍ਰਿਟੀ ਦੇ ਲਈ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ। ਮਿੰਟਾਂ ਦੇ ਵਿੱਚ ਹੀ ਮਿਲੀਅਨ ਵਿਊਜ਼ ਹੋ ਗਏ ਉਸ ਵੀਡੀਓ ਨੂੰ, ਅਤੇ ਇੱਕ ਚੀਜ਼ ਸਾਫ਼ ਸਾਫ਼ ਨਜ਼ਰ ਆ ਰਹੀ ਹੈ ਵੀ ਲੋਕਾਂ ਨੂੰ ਸੇਧ ਲੈਣ ਦੀ ਲੋੜ ਹੈ, ਕਦੇ ਵੀ ਕਿਸੇ ਦੀ ਬਿਮਾਰੀ ਦੇ ਉੱਪਰ ਟ੍ਰੋਲ ਨਹੀਂ ਕਰਨਾ ਚਾਹੀਦਾ, ਉਸ ਨੂੰ ਜਿਹੜਾ ਮੋਟੀਵੇਟ ਕਰਨਾ ਚਾਹੀਦਾ ਤਾਂ ਜੋ ਉਸ ਬਿਮਾਰੀ ਤੋਂ ਜਿੱਤ ਪ੍ਰਾਪਤ ਕਰ ਸਕੇ, ਲੜ ਸਕੇ ਉਸ ਬਿਮਾਰੀ ਦੇ ਨਾਲ। ਉਸੇ ਤਰ੍ਹਾਂ ਹਿਨਾ ਖਾਨ ਨੇ ਇਹ ਵੀਡੀਓ ਜਿਹੜੀ ਆ ਲੋਕਾਂ ਤੱਕ ਸਾਂਝੀ ਕੀਤੀ ਹੈ ਕਿ ਤੁਸੀਂ ਵੀ ਬਿਮਾਰੀ ਦੇ ਨਾਲ ਜੇ ਪੀੜਿਤ ਹੋ ਤਾਂ ਲੜ ਸਕਦੇ ਹੋ, ਜਿੱਤ ਸਕਦੇ ਹੋ, ਅਤੇ ਇੱਕ ਉਮੀਦ ਚਾਹੀਦੀ ਹੈ, ਇੱਕ ਅੰਬੀਸ਼ਨਸ ਚਾਹੀਦੇ ਆ ਅੰਦਰ, ਤਾਂ ਹੀ ਤੁਸੀਂ ਇਹਨਾਂ ਬਿਮਾਰੀਆਂ ਤੋਂ ਜਿੱਤ ਸਕਦੇ ਹੋ। ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਧੰਨਵਾਦ।